जलालाबाद की नवी दाणा मंडी के नज़दीक बने एक निजी होटल च होटल मालिक अते मैनेजर वालों अपने निजी मुनाफे के लिए मोटी राशि वसूल के जोड़िया तो जिसम फरोशी का धंधा करवाया जाता सी, जिसनूं लैके स्थानक लोगों के वालों बार बार पुलिस प्रशासन के उच्च अधिकारियों नूं शिकायत मिलती रहिंदी सी। जिस तो बाद अज स्थानक पुलिस ने हरकत आउंदे होए ताज गेस्ट हाउस च छापेमारी करके रंग रलियां मनाउंदे होए जोड़ियां नूं गिरफ्तार किया, जबकि होटल का मालिक ते मैनेजर मौके ते भज्जन च कामयाब हो गया। इस संबंध में जानकारी देते हुए जलालाबाद के DSP पलविंदर सिंह संधू ने दस्सिया कि अज थाना सिटी जलालाबाद की पुलिस को गुप्त सूचना मिली सी कि जलालाबाद की अनाज मंडी नज़दीक बने ताज गेस्ट हाउस चों बाहरों मुंडे कुड़ियां आउंदे हन, जो कि बिना आइडेंटिटी के 2-2 घंटे रहिंदे हन। इत्थे जिसम फरोशी का धंधा चलता है। उन्होंने कहा कि थाना सिटी पुलिस ने मौके पर रेड करके 5 कुड़ियां सने 6 मुंडियां नूं गिरफ्तार किया। ये ताज होटल हैगा दाणा मंडी दे विच हैगा। ਇੱਥੇ ਦੀ ਇਨਫੋਰਮੇਸ਼ਨ ਸੀਗੀ ਵੀ ਇੱਥੇ ਬਾਹਰੋਂ ਜਿਹੜੇ ਹੈਗੇ ਨੇ ਮੁੰਡੇ ਕੁੜੀਆਂ ਆਉਂਦੇ ਨੇ, ਘੰਟਾ 2 ਘੰਟੇ ਉੱਥੇ ਰਹਿੰਦੇ ਆ ਕਮਰੇ 'ਚ ਬਿਨਾਂ ਉਹਦੇ ਤੋਂ ID ਤੋਂ, ਅਤੇ ਕਿਉਂਕਿ ਵੈਸੇ ਵੀ ਅੱਜ ਕੱਲ੍ਹ ਹੋਟਲ ਵਗੈਰਾ ਜਿਹੜੇ ਹੈਗੇ ਕੋਵਿਡ ਕਰਕੇ ਬੰਦ ਕੀਤੇ ਹੋਏ ਆ, ਪਰ ਇੱਥੇ ਇਹੀ ਜਿਹੜਾ ਹੈਗਾ ਧੰਦਾ ਚੱਲਦਾ। ਜਦੋਂ ਪੁਲਿਸ ਸਿਟੀ ਪੁਲਿਸ ਨੇ ਉੱਥੇ ਰੇਡ ਕੀਤੀ ਹੈ ਤਾਂ ਉੱਥੋਂ 6 ਕੁੜੀਆਂ ਅਤੇ 5 ਮੁੰਡੇ ਮਿਲੇ ਹੈਗੇ ਆ, ਅਤੇ ਉਹਦਾ ਮੌਕੇ ਤੋਂ ਉਹਦਾ ਰਜਿਸਟਰ ਵੀ ਕਬਜ਼ੇ 'ਚ ਲਿਆ ਗਿਆ। ਜਿਹੜਾ ਹੋਟਲ ਦਾ ਮਾਲਕ ਹੈਗਾ ਸੁਦੀਪ ਨਾਗਪਾਲ, ਉਹ ਅਤੇ ਆਕਾਸ਼ਦੀਪ ਜਿਹੜਾ ਉਹਦਾ ਮੈਨੇਜਰ ਹੈਗਾ, ਉਹਨਾਂ ਦੇ ਅਗੇਂਸਟ ਵੀ ਜਿਹੜਾ ਹੈਗਾ ਕੇਸ ਰਜਿਸਟਰ ਕੀਤਾ ਗਿਆ। ਇਹ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਸੀਗਾ, ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਹ ਦੇਖੋ, ਇਹ ਗੱਲ ਇੱਦਾਂ ਹੁੰਦੀ ਹੈ ਵੀ ਜਦੋਂ ਤੱਕ ਕੋਈ ਫੜਿਆ ਨਹੀਂ ਜਾਂਦਾ ਉਦੋਂ ਤੱਕ ਤੁਸੀਂ ਕੁਛ ਨਹੀਂ ਕਹਿ ਸਕਦੇ। ਅਸੀਂ ਅੱਜ ਬਕਾਇਦਾ 2 ਦਿਨ ਤੋਂ ਅਸੀਂ ਇੱਥੇ ਨਿਗਾਹ ਰੱਖ ਰਹੇ ਸੀਗੇ, ਇਹਦੇ ਨੂੰ ਟ੍ਰੈਫਿਕ ਦਾ ਕੇਸ ਜਿਹੜਾ ਹੋਇਆ ਅਰੈਸਟ ਕੀਤਾ ਗਿਆ, ਅਤੇ ਇਮੋਰਲ ਟ੍ਰੈਫਿਕ ਐਕਟ ਦਾ ਕੇਸ ਵੀ ਰਜਿਸਟਰ ਕੀਤਾ। ਅੱਗੇ ਦੀ ਪੁਲਿਸ ਦੀ ਕੀ ਕਾਰਵਾਈ? ਅੱਗੇ ਇਹਦਾ ਅਸੀਂ ਇਹਦੇ ਬਾਰੇ ਲਿਖ ਕੇ ਭੇਜਾਂਗੇ। ਜਿਸਦਾ ਅਸਲ ਜਿਹੜਾ ਹੈਗਾ ਲਾਇਸੈਂਸ ਵੀ ਹੈ ਹੋਟਲ ਦਾ ਕੈਂਸਲ ਕੀਤਾ ਜਾਵੇ, ਅਤੇ ਜਿਹੜੇ ਜਿੰਨੇ ਮੁਲਜ਼ਮ ਹੈਗੇ ਇਹਨਾਂ ਸਾਰਿਆਂ ਨੂੰ ਜਿਹੜਾ ਜੁਡੀਸ਼ੀਅਲ ਜਿਹੜਾ ਹੈਗਾ ਜੱਜ ਸਾਹਿਬ ਦੇ ਪੇਸ਼ ਕੀਤਾ ਜਾਊਗਾ। ਸਾਰੇ ਫੜੇ ਗਏ ਕਿ ਕੋਈ ਫਰਾਰ ਵੀ ਹੈ? ਨਹੀਂ, ਜਿਹੜੇ ਹੋਟਲ ਦਾ ਮਾਲਕ ਅਤੇ ਮੈਨੇਜਰ ਹੈ ਉਹ ਫਰਾਰ ਹੈ, ਕਿਉਂਕਿ ਉੱਥੇ ਮੌਜੂਦ ਨਹੀਂ ਸੀ ਗਏ, ਪਰ ਜਿਹੜੇ ਮੁੰਡੇ ਅਤੇ ਕੁੜੀਆਂ ਨੇ ਉਹ ਸਾਰੇ ਅਰੈਸਟ ਕਰ ਲਏ। ਉਹਨਾਂ ਦੀ ਰੇਡ ਕੀਤੀ ਗਈ ਉਹਨਾਂ ਦੇ ਘਰ ਜਾਂ ਕਿਤੇ ਉਹਨਾਂ ਦੇ? ਹਾਂ ਬਿਲਕੁਲ, ਉਹ ਇੱਕ ਪਾਰਟੀ ਜਿਹੜੀ ਸਿਟੀ ਪੁਲਿਸ ਦੀ ਹੈ ਵੱਖਰੀ ਇਸ ਕੰਮ ਦੇ ਉੱਤੇ ਲੱਗੀ ਹੋਈ। ਇਹ ਪਿੰਡਾਂ ਦੇ ਆ, ਜਲਾਲਾਬਾਦ ਦੇ ਏਰੀਆ ਦੇ ਪਿੰਡਾਂ ਦੇ ਹੀ ਹੈਗੇ ਨੇ, ਬਹੁਤੇ ਦੂਰ ਦੇ ਨਹੀਂ ਹੈ, ਕਿਉਂਕਿ ਜਲਾਲਾਬਾਦ 'ਚ ਬਾਹਰੋਂ ਕੋਈ ਲੋਕ ਜ਼ਿਆਦਾ ਨਹੀਂ ਆਉਂਦੇ। ਇਹ ਸਾਡੇ ਪਿੰਡਾਂ ਦੇ ਹੀ ਇਹ ਮੇਜਰ ਏਜ ਗਰੁੱਪ ਦੇ ਨੌਜਵਾਨ ਮੁੰਡੇ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। जलालाबाद तो पत्रकार अरविंद पाल तनेजा की रिपोर्ट। प्लीज सब्सक्राइब आवर चैनल एंड प्रेस द बेल आइकन ताकि कोई भी नवी अपडेट तुझे बिल्कुल भी मिस ना करो।